ਪਾਰਟੀ ਭਾਰਤ ਮਾਤਾ ਕੀ ਜੈ। ਵਾਰਡ ਨੰਬਰ 91 ਤੋਂ ਧਰਮਪਤਨੀ ਰੂਪਮਦੀਪ ਕੌਂਸਲਰ ਦੀ ਚੋਣ ਲੜ ਰਹੀ ਹੈ ਔਰ ਪਿਛਲੇ 10 ਸਾਲਾਂ ਦੇ ਵਿੱਚ ਵਾਰਡ ਨੰਬਰ 31 ਜਿਹੜਾ ਕਿ ਪੁਰਾਣਾ ਸੀ ਉਹਦੇ ਵਿੱਚ ਨਾ ਵਾਟਰ ਸਪਲਾਈ ਨਾ ਸੀਵਰ, ਸਾਰਾ ਹੀ ਅਨਡਿਵੈਲਪ ਏਰੀਆ ਸੀ ਔਰ 32 ਮਹੱਲੇ ਸੀ ਔਰ ਮੈਕਸੀਮਮ 100% ਵਾਟਰ ਸੀਵਰ ਸਟਰੀਟ ਲਾਈਟ ਔਰ ਸੜਕਾਂ ਜਿਹੜੀਆਂ 80% ਬਣ ਚੁੱਕੀਆਂ ਨੇ ਔਰ ਵਿਕਾਸ ਦੇ ਨਾਂ 'ਤੇ ਵੋਟ ਮੰਗ ਰਹੇ ਹਾਂ ਕਿ ਜਿਹੜੇ ਕੰਮ ਕੀਤੇ ਆ ਕੰਮ ਕਰਾਂਗੇ, ਅੱਗੇ ਤੋਂ ਸਹਿਯੋਗ ਦਿਓ ਹੋਰ ਕਰਾਂਗੇ ਔਰ ਅੱਗੇ ਦਾ ਵੀਜ਼ਨ ਇਹ ਆ ਵੀ ਜਿਹੜੇ ਵਾਰਡ ਪਹਿਲਾਂ ਲੁਧਿਆਣੇ ਸ਼ਹਿਰ ਦਾ ਸਭ ਨਾਲੋਂ ਵੱਡਾ ਵਾਰਡ ਸੀ 75 ਵਾਰਡਾਂ 'ਚੋਂ, ਇਸ ਕਰਕੇ ਹੁਣ ਵਾਰਡ ਛੋਟਾ ਹੋ ਗਿਆ ਔਰ ਜਿੱਥੇ ਵਾਰਡ ਛੋਟਾ ਹੋਇਆ ਉੱਥੇ ਡਿਵੈਲਪਮੈਂਟ ਦੇ ਵਿੱਚ ਵੀ ਬੜਾ ਅਹਿਮ ਰੋਲ ਰਹੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਕ ਨੇ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਇੱਕ ਬੁੱਢੇ ਨਾਲੇ ਦਾ ਜਿਹੜਾ ਵਿਸ਼ੇਸ਼ ਉਪਰਾਲਾ ਜੋ ਕਿ ਸਾਡੀ ਮੇਨ ਐਂਟਰੀ ਹੈ ਉਹਦੇ 'ਤੇ ਫੋਕਸ ਆ, ਉਹ ਸੈਂਟਰ ਗੌਰਮੈਂਟ ਦੀ ਜਿਹੜੀ ਸਕੀਮ ਦੇ ਅਧੀਨ ਹੈ ਉਹਦਾ ਵੀ ਹੱਲ ਕਰਾਵਾਂਗੇ ਔਰ ਉਸ ਤੋਂ ਬਾਅਦ ਜਿੰਨੇ ਵੀ ਵਾਰਡ ਦੇ ਵਿੱਚ ਸੜਕਾਂ ਬਣਨ ਵਾਲੀਆਂ ਚੱਲ ਰਹੀਆਂ ਨੇ ਉਹ ਸਾਰੇ ਦੇ ਸਾਰੇ ਵਰਕ ਆਰਡਰ ਹੋਏ ਹੋਏ ਨੇ ਔਰ ਸਾਰੀਆਂ ਦੇ ਸਾਰੀਆਂ ਸਿਮਟਡ ਸੜਕਾਂ ਨੇ ਔਰ ਸਭ ਨਾਲੋਂ ਵੱਡਾ ਫੋਕਸ ਹੈ ਗਰੀਨਰੀ 'ਤੇ, ਜਿਹੜਾ ਕਿ ਸਮਾਜ ਗਰੀਨਰੀ ਤੋਂ ਟੁੱਟ ਰਿਹਾ ਔਰ ਉਸ ਤੋਂ ਬਾਅਦ ਸਭ ਨਾਲੋਂ ਵੱਡਾ ਜਿਹੜਾ ਲੇਡੀਜ਼ ਦਾ ਸੁਰੱਖਿਆ ਸਾਡੇ ਏਰੀਏ ਦੇ ਵਿੱਚ ਮਿਸਲਾ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੇ ਆ ਆਪਣੀਆਂ ਜਿੰਨੀਆਂ ਵੀ ਐਂਟਰੈਂਸ ਨੇ ਉੱਥੇ CC ਕੈਮਰੇ ਲੱਗੇ ਆ ਔਰ ਸਾਡਾ ਇਹ ਉਪਰਾਲਾ ਰਹੇਗਾ ਵੀ ਜਿੰਨਾ 91 ਵਾਰਡ ਆ ਉਹਦੇ ਸਾਰੇ ਦੇ ਵਿੱਚ CC ਟੈਮ ਕੈਮਰਿਆਂ ਨਾਲ ਕੈਦ ਕਰੇ ਤਾਂ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਉਹ ਸਾਰੀਆਂ ਸੁਰੱਖਿਅਤ ਰਹਿਣ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਹੁਣ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਏਰੀਏ ਦੇ ਕੰਮਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਸਹਿਯੋਗ ਕਰੋ। ਰੂਪਮਦੀਪ ਕੌਰ ਮੱਲੀ ਜੀ ਨੂੰ 24 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ 5 ਨੰਬਰ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਕਿ ਜਿਹੜੇ ਹੋਰ ਵੀ ਕੰਮ ਨੇ ਉਹ ਤੇਜ਼ੀ ਨਾਲ ਕਰ ਸਕੀਏ। ਨੌਜਵਾਨ ਵੀਰਾਂ ਵਾਸਤੇ ਕੀ ਸੰਦੇਸ਼ ਹੈ? ਨੌਜਵਾਨ ਵੀਰਾਂ ਵਾਸਤੇ ਇਹੀ ਸੰਦੇਸ਼ ਹੈ ਕਿ ਆਪਾਂ ਆਪਣੇ ਇਲਾਕੇ ਦੀ ਬਿਹਤਰੀ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਵੋਟਾਂ ਪਾਈਏ ਤਾਂ ਕਿ ਆਪਣਾ ਏਰੀਆ ਜਿਹੜਾ ਲੁਧਿਆਣੇ ਦਾ 1 ਏਰੀਆ ਬਣ ਸਕੇ ਔਰ ਨਸ਼ੇ ਪ੍ਰਤੀ ਵੀ ਆਪਣੇ ਨੌਜਵਾਨਾਂ ਵੀਰਾਂ ਨੂੰ ਪ੍ਰੇਰਿਤ ਕਰਨ ਦੀ ਜਿਹੜੀ ਹੈ ਕਿ ਉਪਰਾਲਾ ਕਿ ਉਹਨਾਂ ਨੂੰ ਇਸ ਤੋਂ ਦੂਰ ਕਰੀਏ, ਇੱਕ NGO ਬਣਾ ਕੇ ਉਹਨਾਂ ਦੇ ਰੂਬਰੂ ਹੋਈਏ ਔਰ ਜਿਹੜੇ ਕੋਈ ਇਹੋ ਜਿਹੇ ਅਨਸਰ ਨੇ ਉਹਨਾਂ ਦੇ ਨਾਲ ਮਿਲ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਜਿਹੜੇ ਇਹ ਮਾੜੇ ਕੰਮ ਨੇ ਉਹਨਾਂ ਨੂੰ ਉਹਦੇ ਤੋਂ ਨਿਜਾਤ ਦਵਾਈ ਜਾਵੇ, ਇਹ ਸਾਡਾ ਮੇਨ ਮੁਖਸ਼ ਲਕਸ਼ ਸਰ। ਹੈਲਥ ਵਾਸਤੇ ਇੱਥੇ ਡਿਸਪੈਂਸਰੀ ਵਗੈਰਾ ਹੈਗੀ? ਹੈਲਥ ਵਾਸਤੇ ਡਿਸਪੈਂਸਰੀ ਜਿਹੜੀਆਂ ਸਾਡੀਆਂ ਵਾਰਡ ਦੇ ਵਿੱਚ ਆ ਉਹ ਗੁਰੂ ਨਾਨਕਪੁਰ ਹੀ ਆ। ਇਸ ਵਾਰੀ ਗੁਰਦੁਆਰਾ ਸਾਹਿਬ ਸਾਡੇ ਚੱਲਦੀ ਹੈ ਡਿਸਪੈਂਸਰੀ, ਜੋ ਕਿ ਸਰਕਾਰੀ ਡਿਸਪੈਂਸਰੀ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਹੈਗੀ ਸਾਡੇ ਕੋਈ, ਪ੍ਰਾਈਵੇਟ ਡਿਸਪੈਂਸਰੀਆਂ ਸਾਡੀਆਂ ਆਲਮੋਸਟ 4-5 ਨੇ ਜੋ ਕਿ ਬਹੁਤ ਵਧੀਆ ਚੱਲ ਰਹੀਆਂ ਨੇ ਡਾਕਟਰਾਂ ਦੇ ਸਹਿਯੋਗ ਨਾਲ। ਗੁਰਦੁਆਰਾ ਦਸ਼ਮੇਸ਼ ਪਿਤਾ, ਗੁਰਦੁਆਰਾ ਹਰਕ੍ਰਿਸ਼ਨ ਸਾਹਿਬ, ਸੰਤੋਸ਼ੀ ਮਾਤਾ ਮੰਦਰ, ਪ੍ਰੀਤਮ ਨਗਰ, ਜਿਹੜੀ ਕਿ ਸਾਡੇ ਕਾਫੀ ਚੱਲ ਰਹੀਆਂ ਨੇ ਔਰ ਸਾਡਾ ਇਹ ਵੀ ਮੰਗ ਆ ਕਿ ਇੱਕ ਸਰਕਾਰੀ ਡਿਸਪੈਂਸਰੀ ਹੋਵੇ ਉਹਦੇ ਵਾਸਤੇ ਜਗ੍ਹਾ ਉਪਲਬਧ ਕਰਾ ਕੇ ਸਰਕਾਰੀ ਡਿਸਪੈਂਸਰੀ ਬਣਾਈ ਜਾਵੇ ਔਰ ਸੀਨੀਅਰ ਸਿਟੀਜ਼ਨ ਹੋਮ ਜੋ ਕਿ ਜਗ੍ਹਾ ਦੇ ਕਾਰਨ ਵਾਸਤੇ ਥੋੜ੍ਹਾ ਜਿਹਾ ਪਿਛਲੇ ਪ੍ਰੋਬਲਮ ਆਈ ਔਰ ਉਹ ਵੀ ਸੌਰਟ ਆਊਟ ਹੋ ਗਈ ਹੈ ਔਰ ਉਹ ਵੀ ਜਿਹੜਾ ਕਿ ਜਲਦ ਬਜਟ ਪਾਸ ਹੋਇਆ ਹੋਇਆ ਉਹ ਵੀ ਬਣਾ ਕੇ। ਵਾਰ ਸਿੰਘ ਮੱਲੀ, ਅਸੀਂ ਪਿਛਲੇ 10 ਸਾਲਾਂ ਤੋਂ ਸੇਵਾ ਇਸ ਇਲਾਕੇ ਦੀ ਕੀਤੀ ਹੈ। ਪਿਛਲੇ 10 ਸਾਲਾਂ 'ਚ ਸਾਡਾ ਹਲਕਾ ਜਿਹੜਾ ਲੁਧਿਆਣੇ 'ਚ ਸਭ ਤੋਂ ਵੱਡਾ ਸੀ,
ਇਹ ਸਭ ਤੋਂ ਵੱਡੀ ਗੱਲ ਤਾਂ ਵੀ ਐਸਕਾਂ ਹਲਕਾ ਸਾਡਾ ਬਹੁਤ ਛੋਟਾ ਹੋ ਗਿਆ ਅਤੇ ਕੰਮ ਕਾਫੀ ਕੰਮ ਹੋ ਗਏ ਨੇ, ਬਸ ਕੰਮ 10% ਕੰਮ ਰਹਿੰਦਾ। ਅੱਗੇ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਅੱਗੇ ਤੋਂ ਅਸੀਂ ਵਧੀਆ ਤੋਂ ਵਧੀਆ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਇਲਾਕੇ ਨੂੰ ਅਸੀਂ ਇੱਕ ਨੰਬਰ ਦਾ ਲੁਧਿਆਣੇ 'ਚੋਂ ਵਾਰਡ ਨੰਬਰ 91 ਨੂੰ ਇੱਕ ਨੰਬਰ 'ਤੇ ਲਿਆ ਸਕੀਏ। ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।